ਜਿਹੜਾ ਧਰਨਾ ਚੱਲ ਰਿਹਾ ਵਾ ਇੱਥੇ ਇੱਕ ਬਾਰਾਦਰੀ ਰੋਡ 'ਤੇ ਮਸੀਤ ਬਣੀ ਆ ਉਹਦੇ ਨਾਲ ਇੱਕ ਜ਼ਿਲ੍ਹਾ ਪਰਿਸ਼ਦ ਦਾ ਇੱਕ ਨਾਲ ਦੇ ਕਰੀਬ ਖਾਲੀ ਪਲਾਟ ਰਿਹਾ ਵਾ ਉੱਥੇ ਆਏ ਸਮੇਂ 'ਤੇ ਮਸਜਿਦ ਦੇ ਜਿਹੜੇ ਮੌਲਾਨਾ ਵਾ ਜਿਹੜੇ ਉਹਨੂੰ ਔਰਗਨਾਈਜ਼ ਕਰਦੇ ਆ ਉਹ ਕਦੀ ਉੱਥੇ ਚਾਰਟਬਾਰੀ ਕਰਨ ਦੀ ਕੋਸ਼ਿਸ਼ ਕਰਦੇ ਆ ਕਦੀ ਉਹਨੂੰ ਇੰਟਰਲੋਕ ਟਾਇਲਾਂ ਲੈਣ ਦੀ ਕੋਸ਼ਿਸ਼ ਕਰਦੇ ਆ ਉਹ ਆਪਣੇ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕਰਦੇ ਆ ਉਹ ਆਪਣੀ ਸੋਚੀ ਸਾਜੀ ਸਾਜੀ ਤਹਿਤ ਸਾਡੇ ਸ਼ਾਂਤੀਮਈ ਨਵਾਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਸ ਕਰਕੇ ਇਹ ਧਰਨਾ ਲੱਗਿਆ ਇਹ ਜਿਹੜੀ ਜਗ੍ਹਾ ਵਾ ਜ਼ਿਲ੍ਹਾ ਪਰਿਸ਼ਦ ਦੀ ਆ ਉਹ ਸਾਡੀ ਸਾਡੇ ਪੰਜਾਬ ਦੀ ਆ ਸਾਨੂੰ ਮਿਲਣੀ ਚਾਹੀਦੀ ਆ ਕਬਜ਼ਾ ਦੇਖੋ ਜੀ ਮੇਰੀ ਉਮਰ ਕਰੀਬ 50 ਸਾਲ ਦੀ ਹੋ ਗਈ ਆ ਆਹ ਜਿਹੜੀ ਮਸਜਿਦ ਸਾਡੇ ਜਿਹੜੇ ਹੁਕਮਰਾਨ ਵਾ ਸਾਡੇ ਰਾਜਨੀਤੀ ਲੋਕ ਆ ਆਪਣੀ ਵੋਟਾਂ ਦੀ ਲਾਲਚ ਨੂੰ ਪਹਿਲਾਂ ਛੋਟਾ ਜਿਹਾ ਕਮਰਾ ਸੀ ਕਮਰੇ ਤੋਂ ਮਸੀਤ ਬਣ ਗਈ ਮਸੀਤ ਤੋਂ ਫੰਡ ਦਿੱਤਾ ਮਤਲਬ ਕਿ ਵੋਟਾਂ ਦੀ ਲਾਲਚ ਵਿੱਚ ਹਮੇਸ਼ਾ ਸਾਨੂੰ ਦਬਾਇਆ ਗਿਆ ਵਾ ਅੱਜ ਅਸੀਂ ਸਾਰੇ ਸ਼ਹਿਰ ਨਵਾਂ ਸ਼ਹਿਰ ਨੇ ਇੱਕ ਆਵਾਜ਼ ਬੁਲੰਦ ਕੀਤੀ ਆ ਆਪਣੇ ਹੱਕ ਲੈਣ ਲਈ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਲਵ ਜਿਹਾਦ ਬਚਾਉਣ ਲਈ ਇਹ ਮੁੱਦਾ ਚੱਕਿਆ ਵਾ ਇਹਨਾਂ ਲੋਕਾਂ ਨੂੰ ਆਪਾਂ ਇੱਥੇ ਕਬਜ਼ਾ ਨਹੀਂ ਕਰਨ ਦੇਣਾ ਜਿਹੜੇ ਗੈਰ ਮੁਸਲਿਮ ਸਾਡੇ ਨਵੇਂ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਹਨ ਉਹਨਾਂ ਨੂੰ ਬੇਨਤੀ ਆ ਸਾਡੇ ਨਵੇਂ ਸ਼ਹਿਰ ਦਾ ਮਾਹੌਲ ਖਰਾਬ ਨਾ ਕਰੋ ਸ਼ਾਂਤੀਮਈ ਢੰਗ ਨਾਲ ਇੱਥੇ ਆਪਣੇ ਵਪਾਰ ਕਰਨ ਆਪਣਾ ਪਰਿਵਾਰ ਪਾਲਣ ਡੀਸੀ ਸਾਹਿਬ ਜਿਹੜੀ ਮੀਟਿੰਗ ਹੋਈ ਅਨਸਕਸੈਸ ਹੋਈ ਆ ਕਿਉਂਕਿ ਡੀਸੀ ਸਾਹਿਬ ਕਹਿ ਰਹੇ ਸੀ ਇਹ ਜਗ੍ਹਾ ਬਾਬਾ ਬੋਰਡ ਦੀ ਆ ਜਦਕਿ ਅਸੀਂ ਰਿਕਾਰਡ ਕਰਾਇਆ ਇਹ ਜਗ੍ਹਾ DDP ਦੇ ਅੰਡਰ ਆਉਂਦੀ ਆ ਇਹ ਰਲਿਆ ਬਿਨਾਂ ਪ੍ਰਸ਼ਾਸਨ ਆ ਸਾਨੂੰ ਪ੍ਰਸ਼ਾਸਨ ਦੇ ਵਿਸ਼ਵਾਸ ਦੀ ਆ ਨਾ ਹੀ ਸਰਕਾਰ ਦੇ ਵਿਸ਼ਵਾਸ ਆ ਅਸੀਂ ਆਪਣਾ ਹੱਕ ਲੈ ਕੇ ਰਵਾਂਗੇ ਕਿਸੇ ਵੀ ਕੀਮਤ 'ਤੇ ਉਹ ਜਗ੍ਹਾ ਮਸੀਤ ਨੂੰ ਨਹੀਂ ਦਿੱਤੀ ਜਾਵੇਗੀ ਡਿਮਾਂਡ ਜੇ ਡਿਮਾਂਡ ਸਾਡੀ ਹੈ ਜਾਂ ਤਾਂ ਉੱਥੇ ਸਰਕਾਰੀ ਇਮਾਰਤ ਬਣੇ ਜਾਂ ਸਾਨੂੰ ਜਗ੍ਹਾ ਦਿੱਤੀ ਜਾਵੇ ਅਸੀਂ ਆਪਣੇ ਖਰਚੇ 'ਤੇ ਉੱਥੇ ਮੰਦਰ ਬਣਾਵਾਂਗੇ ਹਾਂਜੀ ਸਰਕਾਰੀ ਜ਼ਮੀਨ 'ਤੇ ਮਸਜਿਦ ਆ ਜਿਹੜੀ ਮਸਜਿਦ ਵੀ ਆਲਰੇਡੀ ਬਣੀ ਉਹ ਵੀ ਸਰਕਾਰੀ ਜ਼ਮੀਨ 'ਤੇ ਹੀ ਆ ਆਪਾਂ ਇਹ ਨਹੀਂ ਕਹਿੰਦੇ ਢਾਓ ਪਰ ਕੰਮ ਸੇ ਕੰਮ ਜਿਹੜਾ ਪਲਾਟ ਸਾਡਾ ਬਚਿਆ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰਾਓ ਜੇ ਨਹੀਂ ਹੋਇਆ ਇਹ ਪ੍ਰਸ਼ਾਸਨ ਜੋ ਧਰਨਾ ਲੱਗਿਆ ਆ ਜੋ ਸਾਡਾ ਸਮਾਜ ਕਹੇਗਾ ਉਹ ਆਪਾਂ ਅਗਲੀ ਰਣਨੀਤੀ ਤਿਆਰ ਕਰਾਂਗੇ ਜੋ ਵੀ ਕਰਨੀ ਹੈ ਡੀ ਸੀ SSP ਨੇ ਕੋਈ ਵਧੀਆ ਸਿੱਟਾ ਨਹੀਂ ਕੱਢਿਆ ਉਹ ਕਹਿੰਦੇ ਲਾਅ ਐਂਡ ਆਰਡਰ ਮੇਨਟੇਨ ਕਰਦੇ ਹੋਏ ਤੁਸੀਂ ਸਮਝੌਤਾ ਕਰੋ ਅਸੀਂ ਸਮਝੌਤਾ ਨਹੀਂ ਕਰਨਾ ਅਸੀਂ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਕੋਈ ਮਸਲਾ ਵੱਡਾ ਨਹੀਂ ਸੀ ਐਡਮਿਨਿਸਟ੍ਰੇਸ਼ਨ ਨੇ ਮਸਲੇ ਨੂੰ ਵਧਾਇਆ ਔਰ ਇੰਨਾ ਲੰਬਾ ਖਿੱਚ ਦਿੱਤਾ ਆ ਕਿ ਕਿਸੇ ਤਰ੍ਹਾਂ ਦੀ ਵੀ ਇਹ ਅੱਜ ਅਸੀਂ ਉਸ ਲੈਵਲ 'ਤੇ ਆ ਕੇ ਸੜਕਾਂ 'ਤੇ ਬੈਠ ਗਏ ਹਾਂ ਜਿੱਥੇ ਕਿ ਸਾਨੂੰ ਜਲੀਲ ਹੋ ਕੇ DC ਆਫਿਸ ਤੋਂ ਕੱਢਿਆ ਗਿਆ ਉੱਥੇ 11 ਮੈਂਬਰੀ ਕਮੇਟੀ ਦੀ ਮੀਟਿੰਗ ਹੋ ਰਹੀ ਸੀ ਪਰ DC ਸਾਹਿਬ ਦਾ ਬਿਹੇਵੀਅਰ ਇੰਨਾ ਗੰਦਾ ਸੀ ਕਿ ਉਹਨਾਂ ਨੇ ਸਾਡੀ ਕੋਈ ਪਰਵਾਹ ਨਹੀਂ ਕੀਤੀ ਇੱਕ ਪਾਸਾ ਹੋ ਕੇ ਉਹਨਾਂ ਨੇ ਫੈਸਲਾ ਲਿਆ ਕਿ ਮੈਂ ਤਾਂ ਉੱਥੇ ਦਰਵਾਜ਼ਾ ਵੀ ਖੋਲੂੰਗਾ ਔਰ ਮੈਂ ਉੱਥੇ ਪਾਰਕ ਵੀ ਬਣਾ ਕੇ ਦੇਵਾਂਗਾ ਇਹ ਪ੍ਰੋਪਰਟੀ ਉਹ ਕਹਿੰਦੇ ਵਕਫ ਬੋਰਡ ਦੀ ਆ ਜਿਹੜੀ ਕਿਤਾਬਾਂ ਜਿਹੜੀਆਂ ਐਪ ਉਹਦੀਆਂ ਉਹ ਸਰਕਾਰ ਦੀ ਆ ਪੰਜਾਬ ਸਰਕਾਰ ਔਰ ਇਸੇ ਕਰਕੇ ਅਸੀਂ ਬਾਰ ਬਾਰ ਉਹਨਾਂ ਨੂੰ ਮਿਲੇ ਹਾਂ ਕੱਲ੍ਹ ਵੀ ਮੀਟਿੰਗਾਂ ਰਹੀਆਂ ਅੱਜ ਵੀ ਮੀਟਿੰਗਾਂ ਚੱਲਦੀਆਂ ਰਹੀਆਂ ਪਰ ਆਖਰ ਦੇ ਵਿੱਚ ਸਾਨੂੰ ਮਜਬੂਰ ਹੋ ਕੇ ਅਸੀਂ ਇਸ ਧਰਨੇ ਵਿੱਚ ਸ਼ਾਮਿਲ ਹੋਏ ਹਾਂ ਔਰ ਡਿਮਾਂਡ ਸਾਡੀ ਇਹੀ ਹੈ ਕਿ ਉੱਥੇ ਪੱਕਾ ਦਰਵਾਜ਼ਾ ਬੰਦ ਕੀਤਾ ਜਾਵੇ ਔਰ ਉਹ ਜਗ੍ਹਾ ਜਿਹੜੀ ਹੈ ਸਾਰੀ ਪੰਜਾਬ ਸਰਕਾਰ ਐਡਮਿਨਿਸਟ੍ਰੇਸ਼ਨ ਆਪਣੇ ਹੱਕ 'ਚ ਲੈ ਲਵੇ ਔਰ ਆਪਣਾ ਉਹ ਦਫ਼ਤਰ ਬਣਾਵੇ ਜਾਂ
ਉਹ ਪੰਜਾਬ ਸਰਕਾਰ ਜੇ ਨਹੀਂ ਕਰ ਸਕਦੀ ਤਾਂ ਉਹ ਜਗ੍ਹਾ ਸਾਨੂੰ ਹਿੰਦੂਆਂ ਨੂੰ ਦੇ ਦਿੱਤੀ ਜਾਵੇ ਤਾਂ ਕਿ ਅਸੀਂ ਆਪਣਾ ਉੱਥੇ ਭਵਿਆ ਮੰਦਰ ਬਣਾ ਸਕੀਏ। ਜੇ ਸਰਕਾਰ ਨਹੀਂ ਮੰਨੀ ਅਗਲੀ ਰਣਨੀਤੀ ਕੀ ਹੋਗੀ, ਕਾਰਵਾਈ ਕੀ? ਸਾਡੀ ਅਗਲੀ ਯੋਜਨਾ ਕੱਲ ਪੰਜਾਬ ਸੋਰੀ ਨਵਾਂਸ਼ਹਿਰ ਬੰਦ ਦਾ ਸੱਦਾ ਦਿੱਤਾ ਗਿਆ ਆ, ਜੇ ਉਹ ਵੀ ਕੰਮ ਫਿਰ ਵੀ ਨਾ ਮੰਨੀ ਤਾਂ ਅਸੀਂ ਜ਼ਿਲ੍ਹਾ ਬੰਦ ਦਾ ਸੱਦੇ ਦੀ ਕਾਲ ਕਰਾਂਗੇ।